पंजाब दे काले दौर च कई नौजवानों अतवादी लहर नाल जुड़न दे कारण मार दिता गया सी अते कई बेकसूर भी उस दौर दे विच मारे गए। कुछ अजिहा ही देखण नूं मिलिया गुरदासपुर जिले के पिंड चीमा खुडी विच जिथों के कई परिवार अतवाद के उस दौर का संताप अजे तक हंडा रहे ने। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਨੇ ਪੰਜਾਬ ਦੇ ਕਾਲੇ ਦੌਰ ਵਿੱਚ ਕਾਫੀ ਸੰਤਾਪ ਚੱਲਿਆ ਹੈ। ਇਸ ਦੌਰਾਨ ਕੁਝ ਨੌਜਵਾਨ ਤਾਂ ਖੁਦ ਹੀ ਅਤਵਾਦੀ ਲਹਿਰ ਵਿੱਚ ਅੱਗੇ ਵਧੇ ਤਾਂ ਕਈਆਂ ਨੂੰ ਬਿਨਾਂ ਕਿਸੇ ਕਸੂਰ ਹੀ ਮਾਰ ਦਿੱਤਾ ਗਿਆ। ਕੁਝ ਇਸੇ ਤਰ੍ਹਾਂ ਦਾ ਕਿੱਸਾ ਹੈ ਪਿੰਡ ਚੀਮਾ ਖੁੰਡੀ ਦਾ, ਜਿੱਥੇ ਇੱਕ ਮਸ਼ਹੂਰ ਅਤਵਾਦੀ ਨੌਜਵਾਨ ਸੀ ਜੁਗਰਾਜ ਸਿੰਘ ਬਾਬਾ ਤੂਫਾਨ, ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਉਸ ਵੇਲੇ ਦਾ ਡਿਪਟੀ ਚੀਫ ਸੀ। ਜੁਗਰਾਜ ਪੰਜ ਭੈਣਾਂ ਦਾ ਭਰਾ ਸੀ। ਦੱਸਿਆ ਜਾ ਰਿਹਾ ਹੈ ਕਿ ਆਪਰੇਸ਼ਨ ਬਲੂ ਸਟਾਰ ਦੀ ਘਟਨਾ ਤੋਂ ਬਾਅਦ ਛੋਟੀ ਉਮਰ ਵਿੱਚ ਹੀ ਉਹ ਅਤਵਾਦ ਦਾ ਹਿੱਸਾ ਬਣ ਗਿਆ ਸੀ। ਅਖੀਰ ਇੱਕ ਪੁਲਿਸ ਮੁਕਾਬਲੇ ਵਿੱਚ ਪਿੰਡ ਮਾੜੀ ਬੁੱਚੀਆਂ ਵਿੱਚ ਮਾਰਿਆ ਗਿਆ ਸੀ। ਜੁਗਰਾਜ ਦੀ ਭੈਣ ਅਮਰਜੀਤ ਦਾ ਕਹਿਣਾ ਹੈ ਕਿ ਅੱਤਵਾਦ ਦੀ ਜੜ ਪੰਜਾਬ ਪੁਲਿਸ ਸੀ, ਜਿਸ ਨੇ ਬਿਨਾਂ ਕਿਸੇ ਕਸੂਰ ਪੰਜਾਬ ਦੇ ਹਰ ਪਿੰਡ ਵਿੱਚ ਨੌਜਵਾਨਾਂ ਤੇ ਤਸ਼ੱਦਦ ਕੀਤਾ। ਜੋ ਨੇ ਛੋਟੀ ਉਮਰ 'ਚ ਜਾ ਕੇ ਦਰਬਾਰ ਸਾਹਿਬ ਪਹਿਲਾਂ ਅਟੈਕ ਹੋਇਆ, ਜਦੋਂ ਉਦੋਂ ਉਹਨੇ ਜੋ ਢੱਠਾ ਢੁੱਠਾ ਗੁਰਦੁਆਰਾ ਸਾਰਾ ਵੇਖਿਆ ਵਾ, ਉੱਥੋਂ ਉਹਦਾ ਮਨ ਚੁੱਕਿਆ ਗਿਆ। ਜਿਹੜਾ ਮੁੰਡਾ ਚੁੱਕਣਾ ਲੈ ਜਾਣਾ ਉਹਨਾਂ ਨੇ ਮਾਰ ਦੇਣਾ। ਮੇਰੇ ਤੇ ਆਪ ਦੋਤੇ ਨੂੰ ਪੁੱਤ ਮੇਰੇ ਨੂੰ ਇੱਥੋਂ ਲੈ ਚੱਲੇ ਸੀ ਚੁੱਕ ਕੇ, ਤੇ ਬਾਪੂ ਸਾਰੀ ਰਾਤ ਇੱਥੇ ਬਹਿ ਰਿਹਾ, ਹੱਥ ਜੋੜਦਾ ਰਿਹਾ ਥਾਣੇਦਾਰ ਕੜੀ, ਇਹ ਮੇਰਾ ਦੋਤਾ। ਆਂਦਾ ਨਹੀਂ ਬਾਪੂ, ਇਹ ਤੇ ਤੂੰ ਮੁੰਡਾ ਭਜਾਉਣਾ ਸੀਗਾ, ਤੇਰੇ ਕੋਲ ਭਜਾਇਆ ਨਹੀਂ ਗਿਆ। ਤੇ ਉਹ ਸਾਰੀ ਰਾਤ ਰਾਖੀ ਕਰਦਾ ਰਿਹਾ ਇੱਥੇ ਥਾਣੇਦਾਰ, ਤੇ ਦਿਨ ਚੜਿਆ ਆ ਰਿਹਾ ਬਾਪੂ ਆਖਣ ਕਾ ਚੱਲ ਹੁਣ ਲੈ ਜਾ, ਹੁਣ ਨਾਨੇ ਦੋ ਦਿਨ ਜਿੱਥੇ ਮਰਜ਼ੀ ਆ, ਤੇ ਫਿਰ ਪੈਰੀ ਪੈ ਕੇ ਫਿਰ ਮੁੰਡੇ ਨੂੰ ਛੱਡ ਕੇ ਗਿਆ। ਇਸ ਦੇ ਨਾਲ ਹੀ ਪਿੰਡ ਦੇ ਕੁਝ ਅਜਿਹੇ ਨੌਜਵਾਨ ਵੀ ਸਨ ਜਿਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਾਂ ਨੂੰ ਬਿਨਾਂ ਕਿਸੇ ਕਾਰਨ ਹੀ ਪੁਲਿਸ ਨੇ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਪਿੰਡ ਦੇ 3 ਨੌਜਵਾਨ ਜਿਨ੍ਹਾਂ ਨੂੰ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਮੇਲੇ ਤੋਂ ਵਾਪਸ ਆਉਂਦੇ ਹੋਏ ਮਹਿਤਾ ਚੌਂਕ ਨਜ਼ਦੀਕ ਉਸ ਵੇਲੇ ਉੱਥੋਂ ਦੇ ਥਾਣਾ ਮੁਖੀ ਸੁਰਜੀਤ ਸਿੰਘ ਨੇ ਟਰੱਕ ਵਿੱਚ ਉਤਾਰਿਆ, ਅਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਸੁਖਦੇਵ ਸਿੰਘ ਦੀ ਮਾਂ ਕੁਲਵਿੰਦਰ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਉਹਨਾਂ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਅਖੀਰ ਇਹਨਾਂ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਅਤੇ ਪਰਿਵਾਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਹਨਾਂ ਦੇ ਪੁੱਤਰ ਅੱਤਵਾਦੀ ਸਨ। ਇੱਥੋਂ ਤੱਕ ਕਿ ਉਹਨਾਂ ਦੀਆਂ ਲਾਸ਼ਾਂ ਤੱਕ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ। ਸੁਖਦੇਵ ਦੀ ਮਾਂ ਕੁਲਵਿੰਦਰ ਕੌਰ ਦੀਆਂ ਅੱਖਾਂ ਵਿੱਚ ਅੱਜ ਵੀ ਉਹ ਖੌਫ ਦੇਖਣ ਨੂੰ ਮਿਲਦਾ ਹੈ ਜਦ ਉਹ ਇਸ ਵੇਲੇ ਦੇ ਤਸ਼ੱਦਦ ਨੂੰ ਯਾਦ ਕਰਦੀ ਹੈ। ਅਸੀਂ ਅਨੰਦਪੁਰੋਂ ਆਉਂਦੇ ਹਾਂ, ਅਨੰਦਪੁਰ ਆ ਕੇ ਮਹਿਤਿਓਂ ਟਰੱਕ ਲੰਘ ਆਇਆ ਵਾ, ਇਹਨਾਂ ਉੱਥੇ ਸਾਡੀ ਗੱਡੀ ਗਾੜੀ ਕਰ ਲਈ ਅਤੇ ਸਾਰੀ ਤੋਂ ਟਰੱਕ ਤੋਂ ਲਾਹ ਤਾ ਸਾਨੂੰ ਇਹਨਾਂ ਟਰੱਕ ਤੋਂ ਲਾ ਕੇ, ਅਤੇ ਮੈਨੂੰ ਪੈਂਦਾ ਹੀ ਐਂਡਾ ਕੰਜਰੀ ਉੱਤਰ ਹਾਂ ਟਰੱਕ ਤੋਂ, ਅਤੇ ਮੈਂ ਟਰੱਕ ਤੋਂ ਉੱਤਰ ਗਿਆ। ਮੈਂ ਕਿਹਾ ਗੱਲ ਕੀ ਗੱਲ ਹੋਈ ਆ, ਨਾਲ ਛੋਟਾ ਉਦੋਂ ਉਹ ਦੂਜੇ ਹੋਰ ਹੀ ਮੁੰਡੇ ਫੜੇ, ਉਹ ਤਾਂ ਉਹਨਾਂ ਨੂੰ ਛੱਡ ਦਿੱਤੇ, ਇਹ ਨਹੀਂ ਇਹਨਾਂ ਛੱਡੇ, ਸਾਨੂੰ ਮਾਂ ਪੁੱਤਰ ਨਹੀਂ ਛੱਡਿਆ ਇਹਨਾਂ, ਇਹਨਾਂ ਨੂੰ ਜੈ ਸੌਖੇ ਨੂੰ ਮਾਰਿਆ ਇਹਨਾਂ ਨੇ, ਅਤੇ ਮੈਨੂੰ 13 ਦਿਨ ਮਾਲ ਮੰਡੀ ਰੱਖਿਆ, ਅਤੇ ਮਹਿਤੇ ਮੈਨੂੰ ਉਹ ਕਰੰਟ ਲਾਉਂਦਾ ਰਿਹਾ ਘਰ ਮੇਰੇ, ਉਹ ਮੈਨੂੰ ਕੁੱਟ ਕੇ ਖੜਿਆ ਇਹਨੇ, ਮਹਿਤੇ ਦਾ ਉਹ ਗੋਰਾ ਜਿਹਾ ਬਾਜੀ ਘਰ ਉਹਨੂੰ ਆਉਂਦੇ ਹੁੰਦੇ, ਉਦੋਂ ਇਹਦੀ ਕੁੰਡੀ ਨਹੀਂ ਚੰਗੀ ਹੈ, ਗਾਲ ਵਾਲੀ ਕਰਦਾ, ਕੰਜਰੀ ਦੇ ਸਵਾਏ ਮੈਨੂੰ ਕੁੰਦਾ ਨਹੀਂ ਰਿਹਾ, ਕੰਜਰੀਏ ਦੱਸ ਕਿੱਥੇ ਹੈ ਨਿੰਮਾ, ਕਿੱਥੇ ਹੈ ਨਿੰਮੇ ਨੇ ਤਿਆਰ ਕੀਤੇ, ਮੈਂ ਮਿਹਨਤ ਨਾਲ ਮੈਨੂੰ ਨਹੀਂ ਨਿੰਮੇ ਦਾ ਪਤਾ, ਨਾ ਨਿੰਮੇ ਦੇ ਮੈਨੂੰ ਤਿਆਰਾਂ ਦਾ ਹੀ ਪਤਾ, ਦੱਸਿਆ ਨਹੀਂ ਨਾ ਮਗਰ ਅਸੀਂ ਬੜਾ ਜਾਣਦੇ ਰਹੇ ਵੀ ਸਾਨੂੰ ਦੱਸੋ ਕਿੱਥੇ ਮਾਰਿਆ, ਸਾਨੂੰ ਕਦੇ ਫੁੱਲ ਹੀ ਦੇ ਦਿਉ, ਸਾਨੂੰ ਮੌਜ ਹੀ ਲੈ ਸਾਨੂੰ ਦੇ ਦਿਉ, ਇਹਨਾਂ ਕੱਖ ਨਹੀਂ ਸਾਨੂੰ ਇਹਨਾਂ ਦਿੱਤਾ। ਪਰ ਸਾਹਿਬ ਗਏ ਸੀਗੇ ਅਤੇ ਮੇਲੇ ਹੋਣ ਡਏ ਹਾਂ ਅਤੇ ਖੱਬਿਆਂ ਲਾਗੇ ਆਏ ਹਾਂ ਅਤੇ ਨਾਨਕੇ ਤਾਂ ਸਾਨੂੰ ਗੱਡੀ ਤੋਂ ਲਾ ਲਿਆ ਵਾ, 7-8 ਜਾਣੇ ਲਾ ਲਿਆ, ਅਤੇ ਮੁੰਡੇ ਸਾਡੇ ਪਿੰਡ ਦੇ 3 ਦੋ ਮਾਰ, ਇੱਕ ਪਿੰਡ ਦਾ ਮੁੰਡਾ ਮਾਰਤਾ, ਇੱਕ ਮੇਰਾ ਭਰਾ ਮਾਰਤਾ, ਇੱਕ ਦੋ ਚਾਚੇ ਦੇ ਮੁੰਡੇ ਮਾਰਤੇ ਆ, ਅਤੇ ਨਾ ਸਾਨੂੰ ਨਾ ਉਹਨਾਂ ਦੀਆਂ ਲਾਸ਼ਾਂ ਦਿੱਤੀਆਂ, ਨਾ ਕੱਖ ਨਹੀਂ, ਸਿਰਫ ਕੁੱਟ ਮਾਰ ਕੇ ਗਾੜੀਆਂ, ਇਹੋ ਕਹਿੰਦਾ ਸੀ, ਇਹ ਕਹੋ ਵੀ ਇਹ 2-2, 3-3 ਮਹੀਨੇ ਹੋ ਗਏ ਇਹਨਾਂ ਭਜੌੜਿਆ ਹੋਇਆ ਨੂੰ, ਅਤੇ ਅਸੀਂ ਨਹੀਂ ਕਹਿੰਦੇ, ਨਾ ਉਹ ਹੈਗੇ ਹੈ ਨਜਾਇਜ਼ ਹੀ, ਅਤੇ ਅਸੀਂ ਕਹਿੰਦੇ ਵੀ ਕਿੱਦਾਂ, ਉਹ ਫਿਰ ਇੱਕ ਰਾਤ ਦੇ ਰਾਤ 'ਚ ਉਹ ਮੁੰਡੇ ਮਾਰ ਦਿੱਤੇ, ਤਾਂ ਸਾਨੂੰ ਇੱਕ ਮਹੀਨਾ ਬਾਅਦ 'ਚ ਮਗਰੋਂ ਛੱਡਿਆ, ਉਹ ਵੀ ਜਦੋਂ ਪਿੰਡ ਦੀ ਪੰਚਾਇਤ ਜਾਂਦੀ ਸੀ ਇੱਕ ਜਣੇ ਦੇ ਦਿੰਦਾ ਸੀ, ਇੱਕ ਜਣੇ ਨਹੀਂ ਦਿੰਦਾ। ਇਹਨਾਂ ਤੋਂ ਇਲਾਵਾ ਇਸੇ ਪਿੰਡ ਦੇ ਹੀ ਰਹਿਣ ਵਾਲੇ ਮੋਹਿੰਦਰ ਸਿੰਘ ਉਰਫ ਗਾਂਧੀ ਦਾ ਕਹਿਣਾ ਹੈ ਕਿ ਉਹ ਖੁਦ ਵੀ ਪੁਲਿਸ ਦਾ ਨਿਸ਼ਾਨਾ ਬਣਿਆ ਸੀ ਅਤੇ ਮਹਿਤਾ ਪੁਲਿਸ ਥਾਣੇ ਦੇ ਮੁਖੀ ਸੁਰਜੀਤ ਸਿੰਘ ਨੇ ਉਸ ਉੱਤੇ ਵੀ ਕਰੀਬ 1 ਮਹੀਨੇ ਤੱਕ ਤਸ਼ੱਦਦ ਕੀਤਾ। ਉਸਨੇ ਦੱਸਿਆ ਕਿ ਉਸਦੀਆਂ ਅੱਖਾਂ ਸਾਹਮਣੇ ਕਈ ਨੌਜਵਾਨਾਂ ਅਤੇ ਕਈ ਔਰਤਾਂ ਪੁਲਿਸ ਦੇ ਕਹਿਰ ਦਾ ਨਿਸ਼ਾਨਾ ਬਣੀਆਂ ਅਤੇ ਇਹਨਾਂ ਵਿੱਚੋਂ ਜ਼ਿਆਦਾ ਉਹ ਸਨ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਸੁਰਜੀਤ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਉਸ ਵੇਲੇ ਵਾਪਰੀਆਂ ਕਈ ਘਟਨਾਵਾਂ ਤੋਂ ਪਰਦਾ ਉੱਠਣਾ ਸ਼ੁਰੂ ਹੋ ਗਿਆ ਅਤੇ ਪੀੜਿਤ ਲੋਕਾਂ ਦਾ ਦਰਦ ਇੱਕ ਵਾਰ ਫਿਰ ਜਾਗ ਉੱਠਿਆ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਨਾਲ ਕੌਮਿਤਾ ਮਿਨਹਾਸ, ਡੀਐਨ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ।
ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।